ਰਣਜੀਤ ਸਿੰਘ ਹਤਿਆकांड ਦੇ ਮਾਮਲੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਰਾਮ रहीम ਨੂੰ ਇੱਕ ਵੱਡੀ ਰਾਹਤ ਦਿੱਤੀ ਹੈ ਤੇ ਉਹਨਾਂ ਨੂੰ ਇਸ ਮਾਮਲੇ ਦੇ ਵਿੱਚ ਦੋਸ਼ ਮੁਕਤ ਕਰ ਦਿੱਤਾ ਹੈ ਇਸ ਮਾਮਲੇ ਦੇ ਵਿੱਚ ਸੀਬੀਆਈ ਅਦਾਲਤ ਨੇ ਰਾਮ ਰਹੀਮ ਨੂੰ ਦੋਸ਼ੀ ਕਰਾਰ ਦਿੱਤਾ ਸੀ ਤੇ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ ਇਸ ਸਜ਼ਾ ਦੇ ਖਿਲਾਫ ਰਾਮ ਰਹੀਮ ਨੇ ਹਾਈ ਕੋਰਟ ਵਿੱਚ ਅਪੀਲ ਦਾਖਲ ਕੀਤੀ ਸੀ ਹਾਈ ਕੋਰਟ ਨੇ ਉਹਨਾਂ ਦੀ ਅਪੀਲ ਤੇ ਅੱਜ ਫੈਸਲਾ ਸੁਣਾਉਂਦਿਆਂ ਹੋਇਆਂ ਸੀਬੀਆਈ ਦੀ ਅਦਾਲਤ ਦੇ ਫੈਸਲੇ ਨੂੰ ਮਨਸੂਖ ਕਰ ਦਿੱਤਾ ਹੈ ਇਸ ਮਾਮਲੇ ਦੇ ਵਿੱਚ ਅਜੇ ਡਿਟੇਲ ਆਰਡਰ ਆਣਾ ਬਾਕੀ ਹੈ ਰਣਜੀਤ ਸਿੰਘ ਸਿਰਸਾ ਡੇਰੇ ਦਾ ਪ੍ਰਬੰਧਕ ਸੀ ਇੱਕ ਸ਼ੱਕ ਦੀ ਵਜ੍ਹਾ ਦੇ ਨਾਲ 22 ਸਾਲ ਪਹਿਲੇ ਰਣਜੀਤ ਸਿੰਘ ਦੀ ਹੱਤਿਆ ਕਰ ਦਿੱਤੀ ਗਈ ਸੀ ਰਣਜੀਤ ਸਿੰਘ ਹਰਿਆਣਾ ਦੇ ਕੁਰਕਸ਼ੇਤਰ ਦਾ ਰਹਿਣ ਵਾਲਾ ਸੀ 10 ਜੁਲਾਈ 2002 ਨੂੰ ਉਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ ਇੱਕ ਗੁਮਨਾਮ ਸਾਧਵੀ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਇੱਕ ਚਿੱਠੀ ਲਿਖੀ ਸੀ ਉਸ ਚਿੱਠੀ ਦੇ ਵਿੱਚ ਰਾਮ ਰਹੀਮ ਦੇ ਉੱਤੇ ਸ਼ੱਕ ਦਾ ਇਜ਼ਹਾਰ ਕੀਤਾ ਗਿਆ ਸੀ ਤੇ ਇਸ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਗਈ ਸੀ ਡੇਰਾ ਮੁਖੀ ਨੂੰ ਸ਼ੱਕ ਸੀ ਕਿ ਰਣਜੀਤ ਸਿੰਘ ਨੇ ਸਾਧਵੀ ਦੇ ਯੋਨ ਸ਼ੋਸ਼ਣ ਦੀ ਗੁਮਨਾਮ ਚਿੱਠੀ ਆਪਣੀ ਭੈਣ ਤੋਂ ਲਿਖਵਾਈ ਸੀ ਇਸੀ ਗੁਮਨਾਮ ਚਿੱਠੀ ਦੀ ਵਜ੍ਹਾ ਦੇ ਨਾਲ ਸਿਰਸਾ ਦੇ ਪੱਤਰਕਾਰ रामचंद्र ਛਤਰਪਤੀ ਦੀ ਵੀ ਹੱਤਿਆ ਹੋਈ ਸੀ रामचंद्र ਛਤਰਪਤੀ ਨੇ ਆਪਣੇ ਈਵਨਿੰਗ ਅਖਬਾਰ ਦੇ ਵਿੱਚ ਇਸ ਪੂਰੇ ਮਾਮਲੇ ਦਾ ਜ਼ਿਕਰ ਕੀਤਾ ਸੀ 2003 ਦੇ ਵਿੱਚ ਇਸ ਮਾਮਲੇ ਦੀ ਜਾਂਚ ਸੀਬੀਆਈ ਨੂੰ ਦਿੱਤੀ ਗਈ ਸੀ ਔਰ ਇੱਕ ਲੰਬੀ ਕੋਰਟ ਦੇ ਵਿੱਚ ਚੱਲੀ ਲੜਾਈ ਤੋਂ ਬਾਅਦ ਆਖਰਕਾਰ ਸੀਬੀਆਈ ਦੀ ਅਦਾਲਤ ਨੇ ਰਾਮ रहीम ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ ਪਰ ਹੁਣ ਹਾਈ ਕੋਰਟ ਨੇ ਇਸ ਸਜ਼ਾ ਨੂੰ ਮنسਖ ਕਰ ਦਿੱਤਾ ਹੈ ਪਰ ਬਾਕੀ ਹੋਰ ਮਾਮਲਿਆਂ ਦੇ ਵਿੱਚ ਰਾਮ ਰਹੀਮ ਦੀਆਂ ਸਜ਼ਾਾਂ ਅਜੇ ਵੀ ਕਾਇਮ ਹੈ